ਕਿੱਤਾ ਮੇਰੇ ਇੱਕੋ ਵਾਰ ਕਹਿਣ ਤੇ ਸਭ ਨੂੰ ਹੱਸ ਹੱਸ ਕੇ ਜੂਸ ਪਿਲਾਉਣ ਲੱਗ ਗਈ। ਜਿਹਨੂੰ ਇੱਦਾਂ ਲੱਗ ਰਿਹਾ ਨਾ ਕਿ ਮੇਰੀ ਹਰ ਗੱਲ ਮੰਨਣ ਨਾਲ ਮੇਰੀ ਨਜ਼ਰਾਂ 'ਚ ਸਹੀ ਸਾਬਿਤ ਹੋ ਜਾਏਗੀ ਤਾਂ ਇਹਦੀ ਭੁੱਲ। ਤੂੰ ਫਿਕਰ ਨਾ ਕਰ ਜੈਸਮਿਨ, ਬਸ ਇੱਕ ਵਾਰ ਵਿਆਹ ਦੀ ਅਨਾਊਂਸਮੈਂਟ ਹੋ ਲੈਣ ਦੇ, ਫਿਰ ਇਸ ਨਿਆਣ ਦੀ ਟੈਨਸ਼ਨ ਹਮੇਸ਼ਾ ਲਈ ਖਤਮ ਹੋ ਜਾਏਗੀ। ਟੈਨਸ਼ਨ ਤਾਂ ਉਦੋਂ ਖਤਮ ਹੋਏਗੀ ਨਾ ਜਦੋਂ ਇਹ ਦਿਵਾਂਸ਼ ਅਨਾਊਂਸਮੈਂਟ ਕਰੇਗਾ। ਮੈਨੂੰ ਤਾਂ ਇਹ ਡਰ ਹੈ ਕਿ ਦਿਵਾਂਸ਼ ਅਨਾਊਂਸਮੈਂਟ ਕਰੇਗਾ ਵੀ। ਜੇ ਦਿਵਾਂਸ਼ ਨੇ ਅਨਾਊਂਸਮੈਂਟ ਨਾ ਕੀਤੀ ਤਾਂ ਮੈਂ ਕੀ ਕਰਾਂਗੀ? ਉਪਰੋਂ ਇਸ ਨਿਆਣ ਨੂੰ ਦੇਖੋ ਕਿੱਦਾਂ ਹੱਸ ਹੱਸ ਕੇ ਸਭ ਨੂੰ ਡਰਿੰਕ ਸਰਵ ਕਰ ਰਹੀ ਹੈ। ਮੈਨੂੰ ਤਾਂ ਬਹੁਤ ਘਬਰਾਹਟ ਹੋ ਰਹੀ ਹੈ। ਓ ਗੋਡ, ਜੇ ਤੈਨੂੰ ਡਰਿੰਕ ਸਰਵ ਕਰਨੀ ਨਹੀਂ ਆ ਰਹੀ ਤਾਂ ਟ੍ਰੇ ਚੁੱਕ ਕੇ ਕਿਉਂ ਘੁੰਮ ਰਹੀ ਹੈ? ਸਾਰੇ ਮੇਰੇ ਕੱਪੜੇ ਗੰਦੇ ਕਰ ਦਿੱਤੇ। ਮੈਂ ਹੁਣੇ ਸਾਫ਼ ਕਰ ਦਿੰਦੀ। ਸਟੂਪਿਡ ਸਰਵੈਂਟ, ਇਹ ਮਹਿਮਾਨ ਨਯਨ ਨਾਲ ਇੱਦਾਂ ਕਿਵੇਂ ਗੱਲ ਕਰ ਸਕਦੀ ਹੈ? ਮੈਂ ਹੁਣੇ ਨਯਨ ਨੂੰ ਜਾ ਕੇ ਮਨਾ ਕਰਦੀ ਹਾਂ, ਇਹ ਸਭ ਡਰਿੰਕ ਸਰਵ ਕਰਨ ਤੋਂ ਉਹਨੂੰ ਰੋਕਦੀ ਹਾਂ। ਸ਼ਗੁਨ, ਨਯਨ ਨੂੰ ਆਪਣਾ ਕੰਮ ਕਰਨ ਦੇ। ਨਯਨ ਨੇ ਆਪਣੀ ਜ਼ਿੰਦਗੀ ਆਪ ਚੁਣੀ ਹੈ, ਇਸ ਵੇਲੇ ਦਿਵਾਂਸ਼ ਤੋਂ ਇਲਾਵਾ ਕਿਸੇ ਦੀ ਨਹੀਂ ਸੁਣੇਗੀ। ਇਹਨੂੰ ਕੁਛ ਵੀ ਸਮਝਾਉਣ ਦਾ ਕੋਈ ਫਾਇਦਾ ਨਹੀਂ। ਪੰਪੀ, ਸਾਰੇ ਗੈਸਟ ਆ ਚੁੱਕੇ ਨੇ, ਇਹ ਦਿਵਾਂਸ਼ ਵਿਆਹ ਦੀ ਅਨਾਊਂਸਮੈਂਟ ਕਿਉਂ ਨਹੀਂ ਕਰ ਰਿਹਾ? ਬਿਨਾਂ ਮਤਲਬ ਤੋਂ ਉਧਰ ਗੈਸਟ ਵੱਲ ਘੁੰਮ ਕੇ ਨਾ ਟਾਈਮ ਪਾਸ ਕਰ ਰਿਹਾ ਤੇ ਉਹਦਾ ਸਾਰਾ ਧਿਆਨ ਨਯਨ ਵੱਲ ਹੈ। ਦੀਦੀ ਜੀ, ਜੇ ਦਿਵਾਂਸ਼ ਅਨਾਊਂਸਮੈਂਟ ਟਾਲਣ ਦੀ ਕੋਸ਼ਿਸ਼ ਕਰ ਰਿਹਾ ਤਾਂ ਇਹ ਸਭ ਕੁਛ ਮੈਨੂੰ ਦੱਸ ਕੇ ਕੀ ਹੋ ਜਾਣਾ? ਤੁਸੀਂ ਇਹ ਸਭ ਕੁਛ ਇਸ ਦਿਵਾਂਸ਼ ਨੂੰ ਜਾ ਕੇ ਕਹੋ ਨਾ ਕਿ ਆਪਣੇ ਵਿਆਹ ਦੀ ਅਨਾਊਂਸਮੈਂਟ ਜਲਦੀ ਕਰੇ, ਤੁਹਾਡੀ ਗੱਲ ਥੋੜਾ ਟਾਲੇਗਾ। ਸ਼ੁਭ ਕੰਮ ਚ ਫਿਰ ਦੇਰੀ ਕਾਹਦੀ, ਤੂੰ ਹੁਣ ਵੇਖ ਜਰਾ। ਵੇਟਰ, ਲਿਆਓ। ਥੈਂਕ ਯੂ, ਤੁਸੀਂ ਜਾਓ। Everybody, attention please. Ladies and gentlemen, ਅੱਜ ਮੇਰਾ ਪੁੱਤਰ ਦਿਵਾਂਸ਼ ਤੁਹਾਡੇ ਸਾਰਿਆਂ ਨਾਲ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਸ਼ੇਅਰ ਕਰਨਾ ਚਾਹੁੰਦਾ ਹੈ, ਜਿਹਦੇ ਵਾਸਤੇ ਤੁਹਾਨੂੰ ਸਾਰਿਆਂ ਨੂੰ ਇੱਥੇ ਬੁਲਾਇਆ। ਦਿਵਾਂਸ਼ ਪੁੱਤਰ, ਇੱਧਰ ਆ। ਦਿਵਾਂਸ਼ ਪੁੱਤਰ, ਸਭ ਲੋਕ ਤੇਰੀ ਗੁੱਡ ਨਿਊਜ਼ ਸੁਣਨ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ। ਦੱਸ ਨਾ ਸਾਰਿਆਂ ਨੂੰ ਕਿ ਤੂੰ ਆਪਣੀ ਕਿਹੜੀ ਖੁਸ਼ੀ ਸ਼ੇਅਰ ਕਰਨਾ ਚਾਹੁੰਦਾ। ਦਿਵਾਂਸ਼ ਪੁੱਤਰ, ਦੱਸ ਸਾਰਿਆਂ ਨੂੰ ਕਿ ਤੂੰ ਅੱਜ ਇਹਨਾਂ ਸਾਰਿਆਂ ਨੂੰ ਇੱਥੇ ਕਿਉਂ ਬੁਲਾਇਆ। ਦਿਵਾਂਸ਼, ਤੂੰ ਕਵੇਂ ਤਾਂ ਮੈਂ ਅਨਾਊਂਸਮੈਂਟ ਕਰਦਾ। ਹੇ ਨਾਨਾ ਦੇਵੀ, ਕਿਰਪਾ ਕਰੋ, ਕੁਛ ਵੀ ਹੋ ਜਾਏ ਬਸ ਦਿਵਾਂਸ਼ ਜੀ ਇਹ ਨਾ ਬੋਲਣ ਕਿ ਉਹ ਜੈਸਮਿਨ ਦੇ ਨਾਲ ਹੀ ਵਿਆਹ ਕਰਨ ਵਾਲੇ ਨੇ। ਵਿਆਹ ਤਾਂ ਤੁਸੀਂ ਹੋਰ ਜਿਹਦੇ ਨਾਲ ਮਰਜ਼ੀ ਕਰ ਲਓ, ਬਸ ਜੈਸਮਿਨ ਜਿਹਦੇ ਨਾਲ ਨਾ ਕਰਵਾਈਓ।
मैनू माफ कर दो मालिक, पर इस गल नूं साबित करन दे लई मेरे कोल कोई सबूत नहीं। रीटा आंटी, ये तो अपनी जगह तो हिल भी नहीं रहा। सानू इन्ना टाइम हो गया इत्थे वेट करदिया, ये दिवांश अनाउंसमेंट क्यों नहीं कर रहा? जैस्मिन, ए दिवांश नूं की होया? तुसी दोवां विचकार सब ठीक है ना? तुसी दोवां एक दूजे नूं प्यार तो करदे हो ना? तुसी एक दूजे नाल व्याह तो कराओगे ना? दिवांश पुत्तर, किस चीज का वेट कर रहे हैं? इन्ना इंतजार करवाना ठीक नहीं हुंदा। चल फटाफट सारिआं नूं अपनी गुड न्यूज अनाउंस कर दे। माता रानी कृपा करो, कृपा करो, ये दिवांश जी की जिंदगी का सवाल है, इस दिन होनी नु होन तो रोक लो। मैं तानु सारे नु ए दसन लई इत्थे इनवाइट कीता कि मैं अपनी होन वाली लाइफ पार्टनर नु चुन 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 ते मैं बहुत जल्द उस कुड़ी ना व्याह भी करने वाला। कौन है वो लकी गर्ल? कौन है वो लकी गर्ल? कि तुसी उस कुड़ी दा नाम जानना चाहुंदे हो? Yes! मेरी होण वाली वाइफ है। मेरी मां दी चॉइस। नयन, मेरी मां ने तो तेनू पसंद किया सी ना मेरे लिए। मतलब दिवांश जी ने मेरी गल मान ली? मेरी होने वाली वाइफ है। नन अदर दैन दिवांश जी ने की किया? ਉਹਨਾਂ ਦੀ ਮਾਂ ਨੂੰ ਚਿੜ